ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਦੋਸਤੋ, ਇਸ ਵੀਡੀਓ ਦੇ ਵਿੱਚ ਆਪਾਂ ਸੈਂਟਰ ਸਰਕਾਰ ਦੀ ਇੱਕ ਸਕੀਮ ਬਾਰੇ ਚਰਚਾ ਕਰਨੀ ਹੈ, ਜਿਹਦਾ ਨਾਮ ਹੈ ਸੇਵਾ ਬੋਝ ਯੋਜਨਾ। ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ। ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਜਿਹੜੀ ਇਹ ਸਕੀਮ ਹੈਗੀ, ਇਹਨੂੰ ਪਿਛਲੇ ਸਾਲ ਯਾਨੀ ਕਿ 2018 ਦੇ ਵਿੱਚ ਲਾਂਚ ਕਰਿਆ ਗਿਆ ਸੀ। ਕਿਹਦੇ ਦੁਆਰਾ? ਜਿਹੜੀ ਆਪਣੀ ਯੂਨੀਅਨ ਮਿਨਿਸਟਰੀ ਆਫ ਕਲਚਰ ਹੈਗੀ, ਉਹਨੇ ਇਸ ਸਕੀਮ ਨੂੰ ਲਾਂਚ ਕਰਿਆ ਤੇ ਸਰਕਾਰ ਨੇ ਇਸ ਸਕੀਮ ਦੇ ਲਈ 325 ਕਰੋੜ ਰੁਪਏ ਦਾ ਬਜਟ ਵੀ ਅਲੋਟ ਕਰਿਆ ਫੋਰ ਫਾਈਨੈਂਸ਼ੀਅਲ ਈਅਰ 2018-19 ਤੇ 19 ਵੀ। ਹੁਣ ਇਹ ਸਕੀਮ ਹੈ ਕੀ ਤੇ ਇਹ ਕਿਵੇਂ ਵਜੂਦ ਦੇ ਵਿੱਚ ਆਈ, ਆਪਾਂ ਇਹ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਦੇਖੋ, ਆਪਾਂ ਕਿਸੇ ਵੀ ਰਿਲੀਜੀਅਸ ਇੰਸਟੀਟਿਊਟ, ਧਾਰਮਿਕ ਸਥਾਨ ਦੇ ਵਿੱਚ ਜਾਂਦੇ ਹਾਂ, ਫੋਰ ਐਗਜ਼ਾਮਪਲ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ, ਤਾਂ ਆਪਾਂ ਇਹ ਗੱਲ ਜਾਣਦੇ ਹਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਸਾਰਿਆਂ ਨੂੰ ਫ੍ਰੀ ਦੇ ਵਿੱਚ ਭੋਜਨ ਲੰਗਰ ਛਕਾਇਆ ਜਾਂਦਾ, ਠੀਕ ਹੈ। ਹੁਣ ਆਪਾਂ ਨੂੰ ਤਾਂ ਇਹ ਲੰਗਰ ਫ੍ਰੀ ਦੇ ਵਿੱਚ ਛਕਾਇਆ ਜਾਂਦਾ, ਬਟ ਜਿਹੜੇ ਇਹ ਰਿਲੀਜੀਅਸ ਇੰਸਟੀਟਿਊਟ ਹੋ ਗਏ, ਗੁਰਦੁਆਰਾ ਸਾਹਿਬ ਨੂੰ ਤਾਂ ਮਤਲਬ ਇਹ ਲੰਗਰ ਦੇ ਲਈ ਰੋ ਮਟੀਰੀਅਲ ਪਰਚੇਜ਼ ਕਰਨਾ ਪੈਂਦਾ। ਉਹ ਰੋ ਮਟੀਰੀਅਲ ਫੋਰ ਐਗਜ਼ਾਮਪਲ ਕੀ ਹੋ ਗਿਆ? ਆਟਾ ਹੋ ਗਿਆ, ਮੈਦਾ ਹੋ ਗਿਆ, ਚਾਵਲ ਹੋ ਗਏ, ਪਲਸਿਸ ਦਾਲਾਂ ਹੋ ਗਿਆ, ਚੀਨੀ ਹੋ ਗਈ ਤੇ ਗੁੜ ਹੋ ਗਿਆ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਰਚੇਜ਼ ਕਰਨੀਆਂ ਪੈਂਦੀਆਂ ਸੀਗੀਆਂ ਤੇ ਇਹਦੇ ਉੱਪਰ ਸੈਂਟਰ ਸਰਕਾਰ ਨੇ ਕੀ ਲਗਾਤਾ ਸੀਗਾ? GST। ਹੁਣ ਇਹ ਸਕੀਮ ਦੇ ਵਿੱਚ ਕੀ ਹੋਊਗਾ? ਜਿਹੜਾ ਸੈਂਟਰ ਸਰਕਾਰ ਦਾ GST ਦਾ ਸ਼ੇਅਰ ਹੋਊਗਾ, ਜਿਹਨੂੰ ਆਪਾਂ ਸੈਂਟਰਲ ਗੁਡਸ ਐਂਡ ਸਰਵਿਸ ਟੈਕਸ ਦੇ ਨਾਮ ਨਾਲ ਜਾਣਦੇ ਹਾਂ, ਤੇ IGST ਇੰਟੀਗ੍ਰੇਟਿਡ ਗੁਡਸ ਐਂਡ ਸਰਵਿਸ ਟੈਕਸ, ਇਹ ਦੋਵੇਂ ਟੈਕਸ ਨੇਗੇ, ਇਹ GST ਦਾ ਪਾਰਟ ਨੇਗੇ ਸੈਂਟਰ ਦਾ, ਤੇ ਇਹ ਜਿਹੜਾ ਪਾਰਟ ਹੋਊਗਾ ਟੈਕਸ ਦਾ, ਇਹ ਹੁਣ ਸੈਂਟਰ ਸਰਕਾਰ ਇਹਨਾਂ ਧਾਰਮਿਕ ਸਥਾਨਾਂ ਨੂੰ ਵਾਪਸ ਕਰ ਦੂਗੀ, ਰਿਫੰਡ ਕਰ ਦੂਗੀ, ਰੀਇੰਬਰਸ ਕਰ ਦੂਗੀ, ਠੀਕ ਹੈ। ਹੁਣ ਇਹ ਸਕੀਮ ਵਜੂਦ ਦੇ ਵਿੱਚ ਕਿਵੇਂ ਆਈ, ਇਹਦੇ ਲਈ ਆਪਾਂ ਨੂੰ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਜਾਣਾ ਪਊਗਾ। ਦੇਖੋ, 2017 ਦੀ ਗੱਲ ਹੈ, ਸੈਂਟਰ ਸਰਕਾਰ ਨੇ ਕੀ ਕਰਿਆ, ਜਿਹੜਾ ਆਪਣਾ ਗੋਲਡਨ ਟੈਂਪਲ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੈ, ਉੱਥੇ ਲੰਗਰ ਛਕਾਇਆ ਜਾਂਦਾ, ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਲੋਕਾਂ ਨੂੰ ਭੋਜਨ ਛਕਾਇਆ ਜਾਂਦਾ, ਠੀਕ ਹੈ, ਤੇ ਸੈਂਟਰ ਸਰਕਾਰ ਨੇ ਉਹਦੇ ਉੱਪਰ ਲੰਗਰ ਦੇ ਉੱਪਰ GST ਲਗਾਤਾ। ਹੁਣ ਇਹ ਚੀਜ਼ ਦਾ ਜਿਹੜੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹਨੂੰ ਆਪਾਂ SGPC ਦੇ ਨਾਮ ਨਾਲ ਜਾਣਦੇ ਹਾਂ, ਉਹਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਵੀ ਲੰਗਰ ਦੇ ਉੱਪਰ GST ਨੂੰ ਹਟਾਇਆ ਜਾਵੇ। ਹੁਣ ਸੈਂਟਰ ਸਰਕਾਰ ਨੇ ਕੀ ਕੀਤਾ, ਜਿਹੜਾ ਲੰਗਰ ਦੇ ਉੱਪਰ GST ਲਗਾਇਆ ਸੀਗਾ ਉਹਨੂੰ ਤਾਂ ਹਟਾਇਆ ਨਹੀਂ, ਤੇ ਉਹਨੂੰ ਪਰ ਰਿਫੰਡ ਕਰਨ ਦੇ ਲਈ ਇਹ ਸਕੀਮ ਲਾਂਚ ਕਰਤੀ, ਜਿਹਦਾ ਨਾਮ ਹੈ ਸੇਵਾ ਭੋਜ ਯੋਜਨਾ, ਠੀਕ ਹੈ। ਸੋ ਹੁਣ ਆਪਾਂ ਦੇਖੋ, ਅੱਜ ਦੇ ਨਿਊਜ਼ ਪੇਪਰ ਦੇ ਵਿੱਚ ਇਹ ਆਰਟੀਕਲ ਆਇਆ ਸੀਗਾ ਵੀ ਜਿਹੜਾ ਸੈਂਟਰ ਨੇ ਆਪਣਾ ਜਿਹੜਾ ਸ਼ੇਅਰ ਸੀਗਾ ਉਹ ਰਿਫੰਡ ਕਰਿਆ ਸੀਗਾ, ਉਹ ਮਤਲਬ SGPC ਕਮੇਟੀ ਨੂੰ ਪਹੁੰਚ ਗਿਆ ਤੇ 57 ਲੱਖ ਰੁਪਏ ਵਾਪਸ ਆ ਗਏ ਨੇ ਪਹਿਲੀ ਕਿਸ਼ਤ ਦੇ, ਠੀਕ ਹੈ। ਤੇ ਹੁਣ ਦੇਖੋ, ਇਹ ਜਿਹੜੇ ਇੰਸਟੀਟਿਊਟ ਨੇਗੇ, ਇਹਨਾਂ ਨੇ ਜਿਨ੍ਹਾਂ ਨੇ ਇਹ ਸਕੀਮ ਦਾ ਫਾਇਦਾ ਲੈਣਾ, ਲਾਭ ਉਠਾਉਣਾ, ਉਹਨਾਂ ਦੇ ਲਈ ਕੁਝ ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਹੋਣਗੇ, ਤੇ ਹੁਣ ਆਪਾਂ ਉਹ ਕ੍ਰਾਈਟੇਰੀਆ ਡਿਸਕਸ ਕਰਨੇ ਨੇ ਵੀ ਕਿਹੜੇ ਕਿਹੜੇ ਨੇ। ਦੇਖੋ, ਜਿਹੜੇ ਰਿਲੀਜੀਅਸ ਇਹ ਇੰਸਟੀਟਿਊਟ ਹੋ ਗਏ, ਫੋਰ ਐਗਜ਼ਾਮਪਲ ਮੰਦਿਰ ਹੋ ਗਏ, ਟੈਂਪਲਸ ਹੋ ਗਏ, ਗੁਰਦੁਆਰੇ ਹੋ ਗਏ, ਮੋਸਕ ਮਸੀਤਾਂ ਹੋ ਗਈਆਂ, ਚਰਚਿਸ ਹੋ ਗਈਆਂ, ਧਾਰਮਿਕ ਆਸ਼ਰਮ ਹੋ ਗਏ, ਮੱਠ ਹੋ ਗਏ, ਮੋਂਟੈਸਰੀਜ਼ ਹੋ ਗਈਆਂ, ਠੀਕ ਹੈ। ਇਹਨਾਂ ਸਾਰਿਆਂ ਦੇ ਲਈ ਇੱਕ ਇਹ ਕੰਡੀਸ਼ਨ ਹੈ ਵੀ ਇਹਨਾਂ ਨੂੰ ਘੱਟੋ ਘੱਟ 5 ਸਾਲ ਬਣੇ ਨੂੰ ਹੋਣੇ ਚਾਹੀਦੇ ਨੇ, ਠੀਕ ਹੈ। ਪਹਿਲੀ ਕੰਡੀਸ਼ਨ ਤਾਂ ਇਹਨਾਂ ਦੀ ਇਹ ਹੋਗੀ। ਦੂਜੀ ਕੰਡੀਸ਼ਨ ਇਹ ਹੈਗੀ ਵੀ ਜਿਹੜੀ ਇਹ ਇੰਸਟੀਟਿਊਟ ਨੇ, ਇਹਨਾਂ ਨੂੰ ਘੱਟੋ ਘੱਟ 5,000 ਜਿਹੜੇ ਸ਼ਰਧਾਲੂ ਨੇ, ਇਹਨਾਂ ਨੂੰ ਮਤਲਬ ਮਹੀਨੇ ਦੇ ਵਿੱਚ ਭੋਜਨ ਛਕਾਉਣਾ ਪਊਗਾ, ਠੀਕ ਹੈ। ਮਤਲਬ ਜੇ ਇਹਨਾਂ ਇੰਸਟੀਟਿਊਟ ਦੇ ਵਿੱਚ ਘੱਟੋ ਘੱਟ 5,000 ਸ਼ਰਧਾਲੂ ਮਹੀਨੇ ਦੇ ਵਿੱਚ ਆਉਂਦੇ ਨੇ ਭੋਜਨ ਛਕਣ, ਤਾਂ ਹੀ ਉਹ ਸਕੀਮ ਦਾ ਫਾਇਦਾ ਇਹਨਾਂ ਇੰਸਟੀਟਿਊਟ ਨੂੰ ਮਿਲ ਸਕੂਗਾ, ਠੀਕ ਹੈ। ਹੁਣ ਐਲੀਜੀਬਿਲਿਟੀ ਕ੍ਰਾਈਟੇਰੀਆ ਦਾ ਆਪਾਂ ਡਿਸਕਸ ਕਰ ਲਿਆ। ਹੁਣ ਬਟ ਇਸ ਸਕੀਮ ਨੂੰ ਅਪਲਾਈ ਕਿੱਥੇ ਕਰਿਆ ਜਾਊਗਾ? ਇੱਕ ਨੀਤੀ ਆਯੋਗ ਹੈ, ਜਿਹੜੀ ਆਪਣੀ ਐਗਜ਼ੀਕਿਊਟਿਵ ਬੋਡੀ ਹੈਗੀ, ਉਹਨਾਂ ਦਾ ਇੱਕ ਪੋਰਟਲ ਹੈਗਾ, ਉਹ ਪੋਰਟਲ ਦਾ ਨਾਮ ਹੈਗਾ ਦਰਪਣ ਪੋਰਟਲ, ਠੀਕ ਹੈ। ਇਹ ਇੰਸਟੀਟਿਊਟ ਆਪਣੀ ਮਤਲਬ ਐਪਲੀਕੇਸ਼ਨ ਇਸ ਨੀਤੀ ਆਯੋਗ ਦੇ ਇਸ ਦਰਪਣ ਪੋਰਟਲ ਦੇ ਵਿੱਚ ਸਬਮਿਟ ਕਰਨਗੇ, ਤੇ ਜਿਹੜਾ ਇਹ ਮਤਲਬ ਨੀਤੀ ਆਯੋਗ ਦਾ ਇਹ ਪੋਰਟਲ ਹੈਗਾ, ਇਹ ਨੈਸ਼ਨਲ ਇਨਫੋਰਮੇਟਿਵ ਸੈਂਟਰ ਜਿਹੜਾ NIC ਹੈਗੀ, ਇਹ ਬੋਡੀ ਹੈਗੀ, ਇਹਦੇ ਨਾਲ ਮਿਲ ਕੇ ਇਹ ਕੰਮ ਕਰੂਗਾ, ਠੀਕ ਹੈ। ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਡਿਸਟ੍ਰਿਕਟ ਮੈਜਿਸਟ੍ਰੇਟ ਹੋਊਗਾ, ਉਹਦੇ ਤੋਂ ਵੀ ਸਰਟੀਫਿਕੇਸ਼ਨ ਲੈਣੀ ਪਊਗੀ ਇਸ ਸਕੀਮ ਦੇ ਲਈ, ਬੈਨੀਫਿਟ ਲੈਣ ਦੇ ਲਈ। ਅੱਛਾ, ਹੁਣ ਆਪਾਂ ਇਹ ਤਾਂ ਗੱਲ ਕਰ ਲਈ ਵੀ ਜਿਹੜਾ ਧਾਰਮਿਕ ਸੰਸਥਾ ਸੀਗੀ ਉਹਨੇ ਇਸ ਸਕੀਮ ਦੇ ਲਈ ਅਪਲਾਈ ਕਰਤਾ ਤੇ ਉਹਨੂੰ ਇਸ ਸਕੀਮ ਦੇ ਲਈ ਮੈਂਬਰਸ਼ਿਪ ਵੀ ਮਿਲ ਗਈ, ਠੀਕ ਹੈ। ਮਤਲਬ ਹੁਣ ਉਸ ਜਿਹੜਾ ਇੰਸਟੀਟਿਊਟ ਹੈਗਾ ਉਹਨੂੰ ਮਤਲਬ ਜਿਹੜਾ ਸੈਂਟਰਲ ਦਾ GST ਦਾ ਸ਼ੇਅਰ ਹੈਗਾ ਉਹ ਰਿਫੰਡ ਹੋਣ ਲੱਗ ਜੂਗਾ, ਠੀਕ ਹੈ। ਬਟ ਕਈ ਇੰਸਟੀਟਿਊਟ ਮਤਲਬ ਫਰੋਡ ਵੀ ਕਰ ਸਕਦੇ ਨੇ, ਠੀਕ ਹੈ, ਮਤਲਬ ਗਲਤ ਡਾਟਾ ਸ਼ੋ ਕਰਕੇ ਇਸ ਸਕੀਮ ਦਾ ਬੈਨੀਫਿਟ ਅਵੇਲ ਕਰ ਸਕਦੇ ਨੇ ਕਿ ਉਹਨਾਂ ਦੇ ਲਈ ਸਰਕਾਰ ਨੇ ਕੋਈ ਪ੍ਰੋਵੀਜ਼ਨ ਰੱਖਿਆ। ਬਿਲਕੁਲ ਰੱਖਿਆ, ਠੀਕ ਹੈ। ਜੇ ਕੋਈ ਇੰਸਟੀਟਿਊਟ ਮਤਲਬ ਜੇ ਕੋਈ ਧਾਰਮਿਕ ਸੰਸਥਾ ਇਹ ਚੀਜ਼ ਕਰਦੇ ਫਰੋਡ ਕਰਦੇ ਫੜੇਗੇ ਤਾਂ ਉਹਨਾਂ ਨਾਲ ਕੀ ਹੋਊਗਾ? ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬਲੈਕਲਿਸਟ ਕਰਿਆ ਜਾਊਗਾ, ਠੀਕ ਹੈ। ਜਿਹੜੇ ਹੋਰ ਰਿਲੀਜੀਅਸ ਇੰਸਟੀਟਿਊਟ ਨੇ ਉਹਨਾਂ ਨੂੰ ਬਲੈਕਲਿਸਟ ਕਰਿਆ ਜਾਊਗਾ। ਉਸ ਤੋਂ ਬਾਅਦ ਕੀ ਹੋਊਗਾ? ਜਿਹੜੇ ਉਹਨਾਂ ਨੂੰ ਮਨੀ ਸੈਂਟਰ ਸਰਕਾਰ ਨੇ ਮਤਲਬ ਜਿਹੜਾ GST ਮਾਫ ਕਰਿਆ ਸੀਗਾ, ਰਿਫੰਡ ਕਰਿਆ ਸੀਗਾ, ਉਹ ਵਾਪਿਸ ਲਿਆ ਜਾਊਗਾ ਉਹਨਾਂ ਤੋਂ ਵਿਆਜ ਸਮੇਤ, ਠੀਕ ਹੈ। ਮਤਲਬ ਉਹ ਪੈਸਾ ਉਹਨਾਂ ਤੋਂ ਵਾਪਿਸ ਕਢਾਇਆ ਜਾਊਗਾ ਵਿਦ ਇੰਟਰਸਟ, ਠੀਕ ਹੈ। ਦੂਜਾ ਮਤਲਬ ਇਹ ਸਟੈਪ ਚੱਕਿਆ ਜਾਊਗਾ, ਤੇ ਤੀਜਾ ਉਹਨਾਂ ਦੇ ਖਿਲਾਫ ਕ੍ਰਿਮੀਨਲ ਐਕਸ਼ਨ ਵੀ ਲਿਆ ਜਾ ਸਕਦਾ, ਠੀਕ ਹੈ। ਇਹ 3 ਚੀਜ਼ਾਂ ਸਰਕਾਰ ਕਰ ਸਕਦੀ ਹੈ ਜੇ ਕੋਈ ਇੰਸਟੀਟਿਊਟ ਧਾਰਮਿਕ ਸਥਾਨ ਉਹਨਾਂ ਨਾਲ ਫਰੋਡ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ। ਤੇ ਉਸ ਤੋਂ ਇਲਾਵਾ ਦੇਖੋ, ਜਿਹੜੀ ਇਹ ਸਕੀਮ ਹੈਗੀ ਇਹਦਾ ਮਤਲਬ
ਜਿਹੜੇ ਰਿਲੀਜੀਅਸ ਇੰਸਟੀਟਿਊਟ ਨੇ ਇਹਨਾਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ, ਬਟ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਆਪਣੇ ਜਿਹੜੇ ਗੁਰਦੁਆਰੇ ਨੇਗੇ ਉਹਨਾਂ ਨੂੰ ਹੋਣ ਲੱਗਿਆ, ਕਿਉਂਕਿ ਸਭ ਤੋਂ ਜ਼ਿਆਦਾ ਸ਼ਰਧਾਲੂ ਇਸ ਟਾਈਮ ਮਤਲਬ ਜਿਹੜੇ ਗੁਰਦੁਆਰਾ ਨੇਗੇ ਉਹਨਾਂ ਦੇ ਵਿੱਚ ਹੀ ਆਉਂਦੇ ਨੇ। ਜੇ ਆਪਾਂ ਗੋਲਡਨ ਟੈਂਪਲ ਅੰਮ੍ਰਿਤਸਰ ਜਿਹੜਾ ਆਪਣਾ ਹਰਿਮੰਦਰ ਸਾਹਿਬ ਹੈਗਾ ਉਹਦੀ ਗੱਲ ਕਰੀਏ ਤਾਂ IGPC ਦੀ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਨੇ ਇਹ ਦੱਸਿਆ ਵੀ 2017 ਤੋਂ ਲੈ ਕੇ 2017 ਦੇ ਜੁਲਾਈ ਮਹੀਨੇ ਤੋਂ ਲੈ ਕੇ ਜਿਹੜਾ 2018 ਜਨਵਰੀ ਮਹੀਨਾ ਇਹ 6-7 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਮਤਲਬ ਲੰਗਰ ਦੇ ਉੱਪਰ 2 ਕਰੋੜ ਰੁਪਇਆ ਇਕੱਲਾ GST ਦਾ ਭਰਨਾ ਪੈ ਗਿਆ ਸੀਗਾ ਤੇ ਇਹ ਜਿਹੜਾ GST ਦਾ ਬੋਝ ਸੀਗਾ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਬਰਡਨ ਸੀਗਾ। ਸੋ ਸੈਂਟਰ ਸਰਕਾਰ ਨੂੰ ਇਹਨਾਂ ਨੇ ਗੁਹਾਰ ਲਾਈ ਤੇ ਉਸ ਤੋਂ ਇਲਾਵਾ ਤੇ ਹੁਣ ਗੋਲਡਨ ਟੈਂਪਲ ਦੇ ਗੱਲ ਕਰੀਏ ਤਾਂ ਘੱਟੋ ਮਤਲਬ ਡੇਲੀ ਰੋਜ਼ ਦੇ ਵਿੱਚ ਮਤਲਬ 60,000 ਘੱਟੋ ਘੱਟ 60,000 ਡਿਵੋਟੀ ਸ਼ਰਧਾਲੂ ਗੋਲਡਨ ਟੈਂਪਲ ਦੇ ਵਿੱਚ ਲੰਗਰ ਛਕਣ ਦੇ ਲਈ ਆਉਂਦੇ ਨੇ, ਠੀਕ ਹੈ, ਜਿਹਦਾ ਖਰਚਾ ਮਤਲਬ ਜਿਹੜੀ ਗੋਲਡਨ ਟੈਂਪਲ ਦੀ ਮਤਲਬ ਜਿਹੜੀ IGPC ਹੈ ਉਹਨਾਂ ਨੂੰ 75 ਕਰੋੜ ਰੁਪਇਆ ਪੈਂਦਾ ਸਾਲ ਦਾ, ਠੀਕ ਹੈ। ਸੋ ਇਹ ਸਕੀਮ ਦਾ ਬੈਨੀਫਿਟ ਸਭ ਤੋਂ ਜ਼ਿਆਦਾ ਗੁਰਦੁਆਰਾ ਨੂੰ ਹੋਊਗਾ ਤਾਂ ਕਿ ਜਿਹੜਾ ਮਤਲਬ ਉਹਨਾਂ ਦਾ ਖਰਚਾ GST ਦੇ ਉੱਪਰ ਲੱਗਦਾ ਸੀਗਾ ਉਹ ਪੈਸਾ ਸਾਰਾ ਉਹਨਾਂ ਨੂੰ ਰਿਫੰਡ ਕੀਤਾ ਜਾਊਗਾ, ਠੀਕ ਹੈ। ਸੋ ਇਹ ਸੀਗਾ ਸਾਰਾ ਸੇਵਾ ਭੋਜ ਯੋਜਨਾ ਬਾਰੇ, ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਊਗੀ, ਠੀਕ ਹੈ। ਸੋ ਮਿਲਦੇ ਹਾਂ ਆਪਾਂ ਨਵੀਂ ਨਵੀਂ ਵੀਡੀਓਜ਼ ਦੇ ਨਾਲ, ਧੰਨਵਾਦ।